ਦੇਖੋ ਅੱਜ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੇ ਅਹੁਦੇਦਾਰ ਸਾਹਿਬਾਨਾਂ ਨੇ ਇੱਕ ਭਰਵੀਂ ਮੀਟਿੰਗ 'ਚ ਸਮੁੱਚੀ ਹਲਕਾ ਦੇ ਜਿਹੜੇ ਇੰਚਾਰਜ ਸਾਹਿਬਾਨ ਨੇ, ਸਾਬਕਾ ਮੰਤਰੀ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, MC ਨੇ, ਸਾਬਕਾ ਚੇਅਰਮੈਨ ਪੰਚ ਸਰਪੰਚ ਨੇ, ਯੂਨੈਨਮਸਲੀ ਇਸ ਬਾਰਡਰ ਇਲਾਕੇ ਦੀ, ਕਿਸਾਨਾਂ ਦੀ, ਵਪਾਰੀਆਂ ਦੀ, ਦਲਿਤ ਭਰਾਵਾਂ ਦੀ, ਖੇਤ ਮਜ਼ਦੂਰਾਂ ਦੀ, ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਵਾਸਤੇ ਹਰ ਵਰਗ ਦੀ, ਚਾਹੇ ਉਹ BC ਹੈ, SC ਭਾਈਚਾਰਾ, ਕ੍ਰਿਸਚਨ ਭਾਈਚਾਰਾ, ਈਸਾਈ ਭਾਈਚਾਰਾ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਜੇ ਸਹੀ ਨੁਮਾਇੰਦਗੀ ਕੋਈ ਕਰ ਸਕਦਾ ਤਾਂ ਸਭ ਨੇ ਅੱਜ ਸਰਬਸੰਮਤੀ ਨਾਲ ਅਨਿਲ ਜੋਸ਼ੀ ਜੀ ਦਾ ਨਾਂ ਰੱਖਿਆ। ਔਰ ਸਾਡੀ ਇਹ ਮੰਗ ਹੈ ਪਾਰਟੀ ਤੋਂ ਕਿ ਅਨਿਲ ਜੋਸ਼ੀ ਸਾਡੇ ਇੱਥੋਂ ਕੈਂਡੀਡੇਟ ਹੋਣ, ਜਿਨ੍ਹਾਂ ਨੇ ਬਹੁਤ ਵੱਡਾ ਫੈਸਲਾ, ਦੇਖੋ ਪੰਜਾਬ ਇੱਕ ਐਗਰੀਕਲਚਰ ਇਕੋਨਮੀ ਹੈ, ਖੇਤੀ ਪ੍ਰਧਾਨ ਸੂਬਾ, ਔਰ ਖੇਤੀ ਪ੍ਰਫੁੱਲਿਤ ਹੈ, ਇੱਥੇ ਹਰ ਤਰੀਕੇ ਦਾ ਵਪਾਰ ਚੱਲੂ। ਔਰ ਉਦੋਂ ਸਭ ਤੋਂ ਪਹਿਲਾਂ ਕਿਸਾਨੀ ਦੇ ਹੱਕ 'ਚ ਨਾਰਾ ਮਾਰ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਉਹਨਾਂ 750 ਕਿਸਾਨ ਭਰਾਵਾਂ ਦਾ, ਜਿਹੜੇ ਸ਼ਹੀਦ ਕਰਤੇ ਗਏ ਸੀ, ਉਹਨਾਂ ਦੇ ਸਤਿਕਾਰ ਵਜੋਂ ਪਾਰਟੀ ਛੱਡ ਕੇ ਉਹਨਾਂ ਦੇ ਨਾਲ ਖਲੋਣ ਦਾ ਫੈਸਲਾ ਕੀਤਾ। ਸੋ ਸਾਡੇ ਸਾਰਿਆਂ ਵਾਸਤੇ ਜੋ ਇਹਨਾਂ ਦੀ ਸੋਚ ਹੈ ਪੰਜਾਬ ਪ੍ਰਤੀ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਪ੍ਰਤੀ ਔਰ ਜੋ ਡਿਵੈਲਪਮੈਂਟ ਇਹਨਾਂ ਨੇ ਇਸ ਇਲਾਕੇ ਦੀ ਕਰਾਈ ਹੈ, ਅਸੀਂ ਆਸ ਉਮੀਦ ਕਰਦੇ ਹਾਂ ਕਿ ਸਭ ਤੋਂ ਵਧੀਆ ਅਤੇ ਕਾਬਲ ਵਕੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਲਈ ਜੋਸ਼ੀ ਸਾਹਿਬ। ਤੁਸੀਂ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਬਾਰੇ ਕੀ ਕਹੋਗੇ? ਭਾਜਪਾ ਵੱਲੋਂ ਤਰਨਜੀਤ ਸਿੰਘ ਸੰਧੂ ਐਲਾਨਿਆ ਗਿਆ ਅਤੇ ਆਪ ਵੱਲੋਂ ਕੁਲਦੀਪ ਧਾਲੀਵਾਲ ਹੈਰਾਨ ਨੂੰ। ਜੀ ਦੇਖੋ, ਮੇਰੀ ਸਾਰੇ ਕੈਂਡੀਡੇਟਾਂ ਨੂੰ ਵਧਾਈ ਹੈ ਜੀ, ਹਰ ਪਾਰਟੀ ਨੂੰ ਹੱਕ ਹੈ ਆਪਦੇ ਕੈਂਡੀਡੇਟ ਉਤਾਰਨ, ਮਗਰ ਇਹ ਜ਼ਰੂਰ ਦੱਸਣ ਕਿ ਜਿਹੜੇ ਕੈਂਡੀਡੇਟ ਆਏ ਆ ਉਹਨਾਂ ਦੀ ਰਿਪੋਰਟ ਕੀ ਹੈ, ਉਹਨਾਂ ਦੀ ਰਿਪੋਰਟ ਕਾਰਡ ਕੀ ਹੈ,